ਸ਼ਬਦ ਪੜਿਆ ਜਾਏਗਾ ਜਦੋਂ ਇਸ਼ਾਰਾ ਆਏਗਾ ਅਰਦਾਸ ਬੇਨਤੀ ਕਰਕੇ ਜਿੱਥੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਜੋ 1699 ਵਿਸਾਖੀ ਦਾ ਆਪਣਾ ਅੱਜ ਦਿਹਾੜਾ ਵਿਸਾਖੀ ਦਾ ਮਨਾ ਰਹੇ ਹਾਂ ਖਾਲਸਾ ਆਪਣਾ ਸਾਜਨਾ ਦਿਵਸ ਮਨਾ ਰਹੇ ਹਾਂ ਮੈਂ ਬੇਨਤੀ ਕਰਾਂ ਇਹਨਾਂ ਵਿੱਚ ਵੀ ਆਪ ਜੀ ਨੇ ਅੱਜ ਉਹ ਨਗਰ ਕੀਤਾ ਕਿਉਂਕਿ ਮੀਂਹ ਦਾ ਮਾਹੌਲ ਬਣਿਆ ਆਪਾਂ ਅਰਦਾਸ ਬੇਨਤੀ ਹਾਜੀ ਆਇਆ ਆਓ ਜੋ ਰਮਾਨਾ ਦਾ ਸਾਹਿਬ ਲੈ ਕੇ ਆਏ ਵੀ ਸਾਰੇ ਵਿੱਚ ਅੱਗੇ ਲੈ ਜਾਓ ਜੋ ਬੇਅੰਤ ਪੜਾਵਾਂ ਇੱਥੇ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇਵ ਜੀ ਸਾਰੇ ਪਹੁੰਚੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਜਿਹੜਾ ਸਾਲਾਨਾ ਸਮਾਗਮ 8, 9, 10, 11 ਅਗਸਤ ਨੂੰ ਉਹਨਾਂ ਵਿੱਚ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਭਾਈ ਸਾਹਿਬ ਭਾਈ ਅਨੰਤਵੀਰ ਸਿੰਘ ਜੀ ਯੂ ਐਸ ਏ ਵਾਲੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਹਰਚਰਨ ਸਿੰਘ ਜੀ ਖਾਲਸਾ
ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਪੋਟਾ ਸਾਹਿਬ ਵਾਲੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਸਾਹਿਬ ਭਾਈ ਸਾਹਿਬ ਭਾਈ ਸਿੰਘ ਜੀ ਲਾਲਪੁਰ ਵਾਲੇ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਭਾਈ ਸਾਹਿਬ ਭਾਈ ਕਰਮਵੀਰ ਸਿੰਘ ਜੀ ਅਫਗਾਨਿਸਤਾਨ ਕਾਬਲ ਦੇ ਜੋ ਕੀਤਣੀਏ ਮੈਂ ਫਿਰ ਬੇਨਤੀ ਕਰਦਾ ਜਾਵਾਂ ਅਫਗਾਨਿਸਤਾਨ ਕਾਬਲ ਸੁਖਮਨੀ ਸੇਵਾ ਸੁਸਾਇਟੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿਖੇ ਸਮਾਗਮ ਹੋਣੇ ਹਨ। ਪੰਜ ਪਿਆਰਿਆਂ ਦੀ ਜੋ ਸਰੋਪੇ ਦੀ ਹੈ ਉਹ ਮੈਂ ਬੇਨਤੀ ਕਰਾਂਗਾ ਪੰਜੇ ਗੁਰੂ ਘਰਾਂ ਦੇ ਪ੍ਰਬੰਧਕ ਸਾਹਿਬਾਨ ਆ ਜਾਣ, ਪੰਜੇ ਗੁਰੂ ਘਰਾਂ ਦੇ ਪ੍ਰਬੰਧਕ ਸਾਹਿਬਾਨ ਆ ਜਾਣ, ਪੰਜੇ ਗੁਰੂ ਘਰਾਂ ਦੇ ਦਿਓ ਦਿਓ ਜੀ ਸਦਕੇ ਜੀ ਹਾਜ਼ਰ, ਪੰਜੇ ਗੁਰੂ ਘਰਾਂ ਦੇ ਪ੍ਰਬੰਧਕ ਸਾਹਿਬਾਨ ਆ ਜਾਣ ਜੋ ਸਰੋਪੇ ਹਨ, ਸ਼ੁਕਰਾਨਾ ਕਰਨਾ ਹੈ।